ਜੂਨੀਅਰ ਫਿਲਮ ਦਾ ਪਹਿਲਾ ਗੀਤ ਜਲਦੀ ਹੀ ਹੋਵੇਗਾ ਰਿਲੀਜ਼ ਜੀ ਹਾਂ ਹਾਲੀ ਦੇ ਵਿੱਚ ਫਿਲਮ ਦੀ ਟੀਮ ਮੈਂਬਰਸ ਦੇ ਵੱਲੋਂ ਫਿਲਮ ਦੇ ਮੇਕਰਸ ਤੇ ਫਿਲਮ ਦੀ ਸਟਾਰ ਕਾਸਟ ਦੇ ਵੱਲੋਂ ਜੂਨੀਅਰ ਫਿਲਮ ਦੇ ਪਹਿਲੇ ਗਾਣੇ ਦਾ ਪਹਿਲਾ ਪੋਸਟਰ ਕਰ ਦਿੱਤਾ ਗਿਆ ਹੈ ਸ਼ੇਅਰ ਜੀ ਹਾਂ ਫਿਲਮ ਦੇ ਟੀਜ਼ਰ ਤੇ ਟ੍ਰੇਲਰ ਨੂੰ ਅਸੀਂ ਆਲਰੇਡੀ ਇੰਜੋਏ ਕਰ ਚੁੱਕੇ ਹਾਂ ਹੁਣ ਇਸ ਫਿਲਮ ਦੇ ਵਿੱਚੋਂ ਨਸੀਬਾ ਗੀਤ ਰਿਲੀਜ਼ ਹੋਣ ਵਾਲਾ ਹੈ ਇਸ ਗੀਤ ਦੇ ਪੋਸਟਰ ਦੇ ਵਿੱਚ ਸਾਨੂੰ ਸ੍ਰਿਸ਼ਟੀ ਜਨ ਬੈਠੇ ਹੋਏ ਦਿਖਾਈ ਦੇ ਰਹੇ ਨੇ ਯਾਨੀ ਕਿ ਇਸ ਗੀਤ ਨੂੰ ਸ੍ਰਿਸ਼ਟੀ ਜਨ ਤੇ ਫਿਲਮਾਇਆ ਗਿਆ ਹੈ ਗੀਤ ਦੇ ਪੋਸਟਰ ਤੋਂ ਇਸ ਦੇ ਨਾਮ ਤੋਂ ਇਸ ਸ਼੍ਰੇਸ਼ਟੀ ਜਾਨ ਨੂੰ ਵੇਖਣ ਤੇ ਲੱਗਦਾ ਉਹਨਾਂ ਦੀ ਲੁੱਕ ਤੋਂ ਇਹ ਲੱਗਦਾ ਹੈ ਕਿ ਇਹ ਗੀਤ ਇੱਕ ਸੈਡ Song ਹੋਣ ਵਾਲਾ ਹੈ ਜਿਵੇਂ ਕਿ ਅਸੀਂ ਟ੍ਰੇਲਰ ਦੇ ਵਿੱਚ ਵੀ ਵੇਖਿਆ ਕਿ ਉਹਨਾਂ ਦੇ ਨਾਲ ਕਿਹੋ ਜੀ ਘਟਨਾ ਵਾਪਰਦੀ ਹੈ ਉਹਨਾਂ ਦੀ ਬੇਟੀ ਦੀ ਡੈਥ ਹੋ ਜਾਂਦੀ ਹੈ ਸੋ ਹੋ ਸਕਦਾ ਹੈ ਕਿ ਇਹ ਗੀਤ ਉਸੇ ਸਿਚੁਏਸ਼ਨ ਤੇ ਫਿਲਮਾਇਆ ਗਿਆ ਹੋਵੇ ਵੈਲ ਬਾਕੀ ਚੀਜ਼ਾਂ ਤਾਂ ਹੁਣ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗਣ ਗਿਆ ਲੇਕਿਨ ਫਿਲਹਾਲ ਇਸ ਗੀਤ ਦੇ ਕ੍ਰੈਡਿਟਸ ਬਾਰੇ ਗੱਲ ਕੀਤੀ ਜਾਵੇ ਤੇ ਇਸ ਗੀਤ ਨੂੰ ਗਾਇਆ ਹੈ ਦਵਿੰਦਰ ਗੁਮਤੀ ਨੇ ਤੇ ਉਹਨਾਂ ਦਾ ਸਾਥ ਦਿੱਤਾ ਹੈ ਰੀਚਾ ਸ਼ਰਮਾ ਨੇ ਯਾਨੀ ਕਿ ਦਵਿੰਦਰ ਗੁਮਤੀ ਤੇ ਰੀਚਾ ਸ਼ਰਮਾ ਦੀ ਆਸ ਦੇ ਵਿੱਚ ਸੀ ਨਸੀਬਾ ਗੀਤ ਸੁਣਾਗੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਹੈ ਮਨੀ ਨੇ ਤੇ ਲਿਰਿਕਸ ਨੇ ਦਿਵਿੰਦਰ ਗੋਮਤੀ ਦੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਇਹ ਗੀਤ ਅੱਜ ਯਾਨੀ ਕਿ 10 ਅਗਸਤ ਨੂੰ ਹੀ ਰਿਲੀਜ਼ ਹੋ ਰਿਹਾ ਹੈ ਉਤھے ਜੇਕਰ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਸਾਨੂੰ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਵਨ ਐਂਡ ਓਨਲੀ ਅਮੀਕ ਵਰਕ ਜੂਨੀਅਰ ਦਾ ਕਿਰਦਾਰ ਨੇ ਪਾਉਂਦੇ ਹੋਏ ਉਹਨਾਂ ਦੇ ਆਪੋਜ਼ਿਟ ਸਾਨੂੰ ਨਜ਼ਰ ਆਉਣਗੇ ਸ੍ਰਿਸ਼ਟੀ ਜੈਨ ਯਾਨੀ ਕਿ ਨਦੀ ਜੋੜੀ ਸਾਨੂੰ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ ਇਸ ਫਿਲਮ ਦੇ ਵਿੱਚ ਮਜੇ ਹੋਏ ਕਲਾਕਾਰ ਕਬੀਰ ਬੇਦੀ ਤੇ ਪ੍ਰਦੀਪ रावत, ਯੋਗਰਾਜ ਸਿੰਘ ਤੇ ਕਬੀਰ ਸਿੰਘ ਵਰਗੇ ਹੋਰ ਕਈ ਆਰਟਿਸਟ ਨਜ਼ਰ ਆਉਣ ਵਾਲੇ ਨੇ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਹੈ ਅਮੀਕ ਵਰਕ ਨੇ। ਸਕ੍ਰੀਨ ਪਲੇ ਤੇ ਡਾਇਲੌਗਜ਼ ਦਾ ਕ੍ਰੈਡਿਟ ਵੀ ਅਮੀਕ ਵਰਕ ਨੂੰ ਹੀ ਜਾਂਦਾ ਹੈ। ਉੱਥੇ ਹੀ ਐਗਜ਼ੀਕਿਊਟਿਵ ਪ੍ਰੋਡਿਊਸਰ ਦੇ ਬਾਰੇ ਗੱਲ ਕੀਤੀ ਜਾਵੇ ਤੇ ਸ਼ਮਸ਼ੇਰ ਸਿੰਘ ਦੇ ਦੱਸਦੀ ਹੈ ਫਿਲਮ ਦੇ ਐਕਸ਼ਨ ਡਾਇਰੈਕਟਰ ਨੇ ਯਾਨਿਕ ਬੈਂਤ ਤੇ ਅਮ੍ਰਿਤਪਾਲ ਸਿੰਘ। ਡੀਓਪੀ ਨੇ ਪਰਵੇਜ਼ ਕੇਤ ਇਸ ਫਿਲਮ ਦਾ ਬੈਕਗ੍ਰਾਉਂਡ ਸਕੋਰ ਕੀਤਾ ਹੈ। ਸ਼੍ਰੀ ਚਰਨ ਪਕਾਲਾ ਨੇ ਫਿਲਮ ਦੇ ਪ੍ਰੋਡਿਊਸਰ ਨੇ ਅਮੀਕ ਵਰਕ ਤੇ ਬਰਿੰਦਰ ਔਰ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਹਰਮਨ ਟੈਲੋ ਤੇ ਨਾਦਰ ਫਿਲਮਸ ਨੇ ਇਹ ਫਿਲਮ ਨਾਦਰ ਫਿਲਮਸ ਦੇ ਅਫੀਸ਼ੀਅਲ ਬੈਨਰ ਹੇ ਟੂ ਰਿਲੀਜ਼ ਹੋਣ ਵਾਲੀ ਹੈ ਜੂਨੀਅਰ ਫਿਲਮ ਦੀ ਟੈਗਲਾਈਨ ਹੈ బిਗੇਸਟ ਮੈਨ ਹੰਟ ਆਫ ਅ ਮੈਨ ਔਨ ਅ ਹੰਟ ਸੋ ਇਸ ਫਿਲਮ ਦਾ ਟੀਜ਼ਰ ਨੂੰ ਤੇ ਟ੍ਰੇਲਰ ਨੂੰ ਅਸੀਂ ਆਲਰੇਡੀ ਵੇਖ ਚੁੱਕੇ ਹਾਂ ਜੇਕਰ ਹਾਲੇ ਤੱਕ ਤੁਸੀਂ ਨਹੀਂ ਵੇਖਿਆ ਤੇ YouTube ਤੇ ਨਾਦਰ ਫਿਲਮਸ ਦੇ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਤੇ ਦੱਸ ਦਈਏ ਕਿ ਇਸ ਫਿਲਮ ਦੇ ਟੀਜ਼ਰ ਟ੍ਰੇਲਰ ਤੇ ਪ੍ਰੀ ਟੀਜ਼ਰ ਨੂੰ ਵੀ ਕਾਫੀ ਜ਼ਿਆਦਾ ਪਿਆਰ ਮਿਲਿਆ ਦਰਸ਼ਕਾਂ ਨੂੰ ਹਾਲੀਵੁੱਡ ਵਾਲੀ ਫੀਲਿੰਗ ਆ ਰਹੀ ਹੈ ਇੱਕ ਦੇ ਵਿੱਚੋਂ ਵੀ ਹਾਲੀਵੁੱਡ ਲੁੱਕ ਦੇ ਵਿੱਚ ਇਸ ਫਿਲਮ ਨੂੰ ਸ਼ੂਟ ਕੀਤਾ ਗਿਆ ਹੈ ਤੇ ਦੱਸ ਦਈਏ ਕਿ ਉਹਨਾਂ ਲੈਵਲ ਵੀ ਉਹਨਾਂ ਬਜਟ ਵੀ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਲੱਗ ਰਿਹਾ ਹੈ ਸੋ ਦੱਸ ਦਈਏ ਕਿ ਹੁਣ ਇਸ ਫਿਲਮ ਦੀ ਰਿਲੀਜ਼ ਦਾ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਇਹ ਫਿਲਮ 18 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਯਾਨੀ ਕਿ ਨੈਕਸਟ ਵੀਕਐਂਡ 'ਤੇ ਫਿਲਮ ਰਿਲੀਜ਼ ਹੋ ਜਾਵੇਗੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਨੇ ਐਕਸਾਈਟਡ ਹੋ ਫਿਲਮ ਨੂੰ ਵੇਖਣ ਲਈ ਤੇ ਨਸੀਬਾ ਗਿੱਕਲੇ ਕਿ ਨੇ ਐਕਸਾਈਟਡ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਪਾਲੀਵੁੱਡ ਤੇ ਐਂਟਰਟੇ ਆ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ